ਇਹ ਜੋ ਮਕਸਦ ਲੈ ਕੇ ਡਾਕਟਰ ਸਰ ਚੱਲੇ ਸੀ ਉਸ ਮਕਸਦ ਨੂੰ ਜੀ ਜਾਨ ਨਾਲ ਅਸੀਂ ਨਿਭਾ ਰਹੇ ਹਾਂ। ਸਾਨੂੰ ਪੇਰੈਂਟਸ ਵੱਲੋਂ ਬਹੁਤ ਚੰਗੇ ਇਸ ਦੇ ਰਿਜ਼ਲਟ ਵੀ ਮਿਲ ਰਹੇ ਨੇ, ਬੱਚਿਆਂ ਵੱਲੋਂ ਮਿਲ ਰਹੇ ਨੇ। ਇੱਕ ਬਹੁਤ ਵਧੀਆ ਪੱਧਰ ਦੀ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਉਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਮੈਡਮ ਵਿੱਦਿਆ ਦੀ ਦਾਨੀ ਉਹ ਸੰਸਥਾ ਜਿਹੜੀ ਉਸ ਮਹਾਨ ਯੋਧੇ ਦੇ ਨਾਮ ਦੇ ਨਾਲ ਚਲਾਈ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਦਾਨ ਦਿੱਤਾ, ਔਰ ਇਹ ਸਥਾਨ ਜਿੱਥੇ ਆਪਾਂ ਦੇਖ ਸਕਦੇ ਪੇਂਡੂ ਏਰੀਏ ਦੇ ਵਿੱਚ ਡਾਕਟਰ ਸਾਹਿਬ ਨੇ ਉਸ ਸਮੇਂ ਦੇ ਉੱਤੇ ਕ੍ਰਿਏਸ਼ਨ ਕੀਤੀ ਜਦੋਂ ਇਹ ਪੇਂਡੂ ਏਰੀਏ ਨੂੰ ਬਹੁਤ ਲੋੜ ਸੀਗੀ ਉਹੋ ਜਿਹੀ ਵਿੱਦਿਆ ਦੀ ਜਿਹੜੀ ਸ਼ਹਿਰਾਂ 'ਚ ਦਿੱਤੀ ਜਾਂਦੀ ਹੈ। ਉਹਨਾਂ ਨੇ ਉਸ ਨੂੰ ਦੇਖ ਕੇ ਇਹ ਸਕੂਲ ਬਣਾਇਆ ਔਰ ਅੱਜ ਇਹ ਸਕੂਲ ਬਹੁਤ ਵੱਡੀਆਂ ਤਰੱਕੀਆਂ ਕਰ ਰਿਹਾ, ਇੱਥੋਂ ਦੀ ਲੁਮਨੀ ਬਹੁਤ ਵਧੀਆ ਵਧੀਆ ਅਹੁਦਿਆਂ ਤੋਂ ਉੱਤੇ ਬਰੇਜ਼ਮਾਨ ਹੈ। ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ। ਇਹ ਜੋ ਮਕਸਦ ਲੈ ਕੇ ਡਾਕਟਰ ਸਰ ਚੱਲੇ ਸੀ ਉਸ ਮਕਸਦ ਨੂੰ ਜੀ ਜਾਨ ਨਾਲ ਅਸੀਂ ਨਿਭਾ ਰਹੇ ਹਾਂ। ਸਾਨੂੰ ਪੇਰੈਂਟਸ ਵੱਲੋਂ ਬਹੁਤ ਚੰਗੇ ਇਸ ਦੇ ਰਿਜ਼ਲਟ ਵੀ ਮਿਲ ਰਹੇ ਨੇ, ਬੱਚਿਆਂ ਵੱਲੋਂ ਮਿਲ ਰਹੇ ਨੇ। ਇੱਕ ਬਹੁਤ ਵਧੀਆ ਪੱਧਰ ਦੀ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਉਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ, ਜਿਸ ਨਾਲ ਅਸੀਂ ਬਹੁਤ ਖੁਸ਼ ਹਾਂ। ਸਰ 2023-24 ਦਾ ਸੈਸ਼ਨ ਖਤਮ ਹੋਇਆ, 24-25 ਦਾ ਸ਼ੁਰੂ ਹੋ ਰਿਹਾ। ਅਕੈਡਮਿਕਸ ਦੀ ਗੱਲ ਕਰ ਲਈਏ, ਖੇਲਾਂ ਦੀ ਗੱਲ ਕਰ ਲਈਏ, ਕਲਚਰਲ ਐਕਟੀਵਿਟੀਜ਼ ਦੀ ਗੱਲ ਕਰ ਲਈਏ, ਹੁਣ ਥੋੜ੍ਹੇ ਦਿਨ ਪਹਿਲਾਂ ਜਿੱਦਾਂ 30 ਦਾ ਆਪਾਂ ਬਹੁਤ ਹੀ ਵਧੀਆ ਤਿਉਹਾਰ ਮਨਾਇਆ, ਇਹ ਇੱਕ ਇਵੈਂਟਫੁਲ ਸਕੂਲ ਹੈ ਜਿੱਥੇ ਬੱਚਿਆਂ ਦਾ ਦਿਲ ਕਰਦਾ, ਇੱਥੇ ਬੱਚੇ ਸਕੂਲ ਦੇ ਵਿੱਚ ਆ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ। ਹਾਂਜੀ, ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਇੱਥੇ ਆਏ ਹੋ ਹੈ ਨਾ। ਸਕੂਲ ਦੇ ਵਿੱਚ ਮੰਨ ਲਓ ਬਹੁਤ ਘੱਟ ਚੈਨਲ ਆ ਜਿਹੜੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਸਕੂਲਾਂ ਨੂੰ ਆ ਕੇ ਕਵਰ ਕਰਦੇ ਆ ਨਾ। ਸਭ ਤੋਂ ਪਹਿਲਾਂ ਤਾਂ ਮੈਂ ਵੀ ਉਹਨਾਂ ਦੇ ਜਿਵੇਂ ਕਿ ਤੁਹਾਨੂੰ ਗੱਲ ਕਰੀ ਹੈ ਡਾਕਟਰ ਤਰਸੇਮ ਲਾਲ ਗਰਗ ਜਿਹੜੇ ਕਿ ਆਪਣੇ ਸਕੂਲ ਦੇ ਚੇਅਰਮੈਨ, ਉਹਨਾਂ ਵੱਲੋਂ ਜਿਹੜੇ ਕਿ ਸੋਚ ਨੂੰ ਲੈ ਕੇ ਸਕੂਲ ਆਪਣੇ ਇੱਕ ਪੇਂਡੂ ਏਰੀਆ ਦੇ ਵਿੱਚ ਸਟਾਰਟ ਕੀਤਾ ਗਿਆ, ਕਿਉਂਕਿ ਇੱਥੇ ਨੇੜੇ ਤੇੜੇ ਕੀ ਸੀਗਾ ਸਕੂਲ ਨਹੀਂ ਹੈਗਾ ਸੀਗਾ ਕੋਈ ਵਧੀਆ, ਤਾਂ ਇਹ ਸਕੂਲ ਕੀ ਆਪਣਾ ਨੀਅਰ ਅਬਾਉਟ 6.5 ਏਕੜ ਦੇ ਵਿੱਚ ਆਪਣਾ ਸਕੂਲ ਬਣਿਆ ਗਾ, ਤਾਂ ਉਹਦੇ ਨਾਲ ਨਾਲ ਜਿਹੜੇ ਸਾਡੇ ਕੋਲ ਹਰ ਤਰ੍ਹਾਂ ਦਾ ਗਰਾਊਂਡ ਅਵੇਲੇਬਲ ਹੈਗਾ ਗਾ ਸਕੂਲ ਦੇ ਵਿੱਚ, ਤਾਂ ਅਸੀਂ ਸਾਡਾ ਕੀ ਹੈਗਾ ਮੇਨ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਵੀ, ਜਿਵੇਂ ਕਿ ਲਾਸਟ ਈਅਰ ਦੇ ਵਿੱਚ ਜੋ ਸਾਡੀਆਂ ਪ੍ਰਾਪਤੀਆਂ ਹੈਗੀਆਂ ਖੇਡਾਂ ਦੇ ਨਾਲ ਨਾਲ
ਜਿਹੜੇ ਸਾਇੰਸ ਦੇ ਵਿੱਚ ਵੀ ਸਾਡੇ ਵਧੀਆ ਬੱਚੇ ਕਿ ਇੱਕ ਸਟੇਟ ਲੈਵਲ ਪੱਧਰ 'ਤੇ ਉਹਨਾਂ ਨੇ ਪਾਰਟੀਸਪੇਟ ਕੀਤਾ ਗਾ, ਤਾਂ ਇਹ ਬਹੁਤ ਸਾਰੀਆਂ ਪ੍ਰਾਪਤੀਆਂ ਰੈਸਲਿੰਗ ਦੇ ਵਿੱਚ ਲਾ ਲਓ, ਹੋਰ ਆਪਣੇ ਲਾਸਟ ਕੱਲ੍ਹ ਹੀ ਜਿਹੜਾ ਆਪਣੇ ਇੱਕ ਬੈਡਮਿੰਟਨ ਦੇ ਵਿੱਚ ਅੰਡਰ 14 ਦੀ ਸਾਡੀ ਟੀਮ ਆ ਜਿਹੜੀ ਉਹ ਫਸਟ ਪੁਜੀਸ਼ਨ ਜ਼ੋਨ ਦੇ ਵਿੱਚੋਂ ਲੈ ਕੇ ਆਈ ਹੈ। ਤਾਂ ਮੋਸਟਲੀ ਸਾਡਾ ਟਾਰਗੇਟ ਹੈ ਕਿ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਪ੍ਰੈਕਟੀਕਲ ਨੌਲੇਜ ਦੇਣੀ ਹੈ, ਨਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬੱਚੇ ਮੰਨ ਲਓ ਸਕੂਲਾਂ ਦੇ ਵਿੱਚ ਜਾਂਦੇ ਆ ਇਕੱਲਾ ਥਿਊਰੀ ਪੜ੍ਹ ਰਹੇ ਆ, ਪਰ ਉਹ ਆਮ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਦੇ ਮਾਂ ਪਿਓ ਨਾਲ ਕਿਵੇਂ ਵਿਚਰਨਾ, ਉਹਨਾਂ ਦੀ ਰਿਸਪੈਕਟ ਕਿਵੇਂ ਲੈਣੀ, ਇਹ ਮੇਨ ਜਿਹੜੀਆਂ ਬੇਸਿਕ ਵੈਲਿਊਜ਼ ਆ ਇਹ ਅਸੀਂ ਬੱਚਿਆਂ ਦੇ ਵਿੱਚ ਲੈ ਕੇ ਆ ਰਹੇ ਹਾਂ। ਤਾਂ ਸਾਡਾ ਮੋਸਟਲੀ ਇਹੀ ਟਾਰਗੇਟ ਆ ਕਿ ਵਧੀਆ ਐਜੂਕੇਸ਼ਨ ਅਸੀਂ ਜਿਹੜੀ ਕਿ ਬੱਚਿਆਂ ਨੂੰ ਦਈਏ, ਤਾਂ ਕਿ ਬੱਚੇ ਇੱਥੋਂ ਨਾ ਕਿ ਇਕੱਲਾ ਇੱਕ ਕਿਤਾਬੀ ਪੜ੍ਹਾਈ ਸਿੱਖ ਕੇ ਬਾਹਰ ਨਿਕਲਣ, ਉਹ ਜ਼ਿੰਦਗੀ ਦੀਆਂ ਆਮ ਲੋੜਾਂ ਕਿਵੇਂ ਉਹਨਾਂ ਨੇ ਆਪਣੇ ਸਮਾਜ ਵਿੱਚ ਵਿਚਰਨਾ, ਕਿਵੇਂ ਅੱਗੇ ਵਧਣਾ, ਉਹ ਸਾਰੀਆਂ ਅਸੀਂ ਸਿੱਖਿਆਵਾਂ ਇੱਥੇ ਪ੍ਰੋਵਾਈਡ ਕਰਦੇ ਹਾਂ ਜੀ। ਹਾਂਜੀ, ਟੀਚਿੰਗ ਓਵਰ ਹੇਅਰ ਐਂਡ ਦਿਸ ਇਜ਼ ਦਾ ਸਕੂਲ ਵੇਅਰ ਵੀ ਆਰ ਸਰਵਿੰਗ ਦਾ ਹਿਊਮਨਕਾਈਂਡ, ਯੂ ਆਰ ਵਰਕਿੰਗ ਓਵਰ ਹੇਅਰ ਬਾਰ ਐਕਚੁਅਲੀ ਗੁੱਡ ਮਾਰਨਿੰਗ, ਐਕਚੁਅਲੀ ਦਿਸ ਸਕੂਲ ਇਜ਼ ਸਰਵਿਸਿੰਗ ਟੂ ਆਲ ਟਾਈਪ ਆਫ ਵੈਰਾਇਟੀਜ਼ facilities giving to all the students like education and through activities and in sports also, so many people, so many students, they can get knowledge and they can get facilitated due to, and they can also in future they can do good things like good jobs in by education and also sports and every all type of parameters facilities are available here.
ਦੀ ਦਾਨੀ ਇਹ ਸੰਸਥਾ ਜਿਹੜੀ 2017 ਸਾਲ ਤੋਂ ਐਗਜ਼ਿਸਟੈਂਸ ਆਈ ਔਰ ਇਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਸ ਚੀਜ਼ ਦੀ ਕਮੀ ਸੀਗੀ ਜਿਹੜੀ ਤੁਹਾਡੇ ਮਾਇੰਡ ਸੀਗੀ ਕਿ ਮੈਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਦੇ ਪਿੰਡਾਂ ਦੇ ਲੋਕਾਂ ਨੂੰ ਬਠਿੰਡੇ ਵਰਗੀਆਂ ਸਹੂਲਤਾਂ ਜਾਂ ਵੱਡੇ ਵੱਡੇ ਸਕੂਲਾਂ ਵਰਗੀਆਂ ਸਹੂਲਤਾਂ ਦੇਵਾਂ ਉਹਨੂੰ ਲੈ ਕੇ ਤੁਸੀਂ ਉਸ ਮਹਾਨ ਯੋਧੇ ਦੇ ਨਾਮ ਦੇ ਉੱਪਰ ਜਿਹਨੇ ਅੱਜ ਵਰਲਡ ਦੇ ਵਿੱਚ ਜਿਹਦਾ ਨਾਮ ਸਾਰੀ ਜ਼ਿੰਦਗੀ ਜਿਹੜਾ ਹੈਗਾ ਰਹੇਗਾ ਇਕਲਾਵਿਆ ਜੀ ਦਾ ਕੀ ਕਹਿਣਾ ਚਾਹੋਗੇ? ਸਾਰਿਆਂ ਨੂੰ ਨਮਸਕਾਰ, ਮੈਂ ਡਾਕਟਰ ਤਰਸੇਮ ਗਰਗ। ਇਹ ਪਿੰਡ ਮੇਰਾ ਜੱਦੀ ਪਿੰਡ ਹੈ, ਮੇਰਾ ਬਰਥ ਪਲੇਸ ਹੈ। ਮੇਰੇ ਪਿਤਾ ਜੀ ਦਾ ਇੱਕ ਸੁਪਨਾ ਸੀਗਾ ਕਿ ਜਦੋਂ ਅਸੀਂ ਬਠਿੰਡੇ ਉੱਠ ਕੇ ਚਲੇ ਗਏ, ਇੱਕ ਅੱਛੀਆਂ ਪੜ੍ਹ ਲਿਖ ਕੇ ਪੋਸਟਾਂ 'ਤੇ ਆ ਗਏ, ਡਾਕਟਰ ਬਣ ਗਏ, ਤਾਂ ਪਿਤਾ ਜੀ ਦਾ ਸੁਪਨਾ ਸੀਗਾ ਕਿ ਅਸੀਂ ਆਪਦੇ ਪਿੰਡ ਵਾਸਤੇ ਕੀ ਕਰ ਸਕਦੇ ਹਾਂ, ਕੀ ਬਿਹਤਰੀ ਵਾਸਤੇ ਕਰ ਸਕਦੇ ਹਾਂ। ਉਹ ਮੈਨੂੰ ਵਾਰ ਵਾਰ ਇੱਕੋ ਹੀ ਗੱਲ ਕਹਿੰਦੇ ਸੀ ਕਿ ਪਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਦਿੱਤੀ ਹੈ, ਆਪਦੇ ਪਿੰਡ ਵਾਸਤੇ ਤੁਸੀਂ ਕੁਝ ਸੋਚ ਸਕਦੇ ਹੋ। ਮੈਂ ਮੇਰੇ ਪਿਤਾ ਜੀ ਨੂੰ ਬਿਠਾ ਕੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਵਿੱਦਿਆ ਦੀ ਬੜੀ ਕਮੀ ਹੈ, ਜਾਂ ਤਾਂ ਬੱਚੇ ਸਿਟੀ 'ਚ ਆਉਂਦੇ ਨੇ, ਜਾਂ ਉੱਥੇ ਬੱਚਿਆਂ ਨੂੰ ਸਟੱਡੀ ਛੱਡਣੀ ਪੈਂਦੀ ਹੈ, ਜਾਂ ਫਿਰ ਉੱਥੇ ਸਟੱਡੀ ਦੀ ਬਹੁਤ ਜ਼ਿਆਦਾ ਕਮੀ ਹੈ। ਤਾਂ ਮੇਰੀ ਇੱਛਾ ਹੈ, ਪਿਤਾ ਜੀ ਕਹਿੰਦੇ ਕਿ ਇੱਕ ਵਧੀਆ ਜਿਹਾ ਸਕੂਲ ਉਸ ਪਿੰਡ ਦੇ ਵਿੱਚ ਤੂੰ ਬਣਾ, ਜਿੱਥੇ ਵਿੱਚ ਵਿਦਿਆਰਥੀਆਂ ਨੂੰ, ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ, ਸਟੱਡੀ ਜੋ ਬਠਿੰਡੇ ਜਾਂ ਬੰਦੇ ਬੱਚਿਆਂ ਨੂੰ ਬਠਿੰਡੇ ਤੋਂ ਬਾਹਰ ਜਾ ਕੇ ਸਟੱਡੀ ਮਿਲਦੀ ਹੈ, ਉਸ ਤਰ੍ਹਾਂ ਦੀ ਸਟੱਡੀ ਉਹਨਾਂ ਨੂੰ ਬਠਿੰਡੇ ਮਿਲੇ, ਇਹ ਉਹਨਾਂ ਦਾ ਸੁਪਨਾ ਸੀ। 2015 ਦੇ ਵਿੱਚ ਮੈਂ ਉਹਨਾਂ ਦੇ ਸੁਪਨੇ ਨੂੰ ਲੈ ਕੇ ਚੱਲਿਆ, ਇੱਕ ਜ਼ਮੀਨ ਇੱਥੇ ਸੀ ਲਗਭਗ 6 ਕਿੱਲੇ ਜ਼ਮੀਨ ਦੇ ਵਿੱਚ, ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਬਹੁਤ ਅੱਛਾ ਸਕੂਲ ਬਣਨਾ ਚਾਹੀਦਾ। 6 ਕਿੱਲਿਆਂ ਦੇ ਵਿੱਚ ਮੈਂ ਸਕੂਲ ਬਣਾਇਆ। 2017 ਦੇ ਵਿੱਚ ਸਾਡਾ ਪਹਿਲਾ ਸੈਸ਼ਨ ਸੀ। 2 ਸਾਲ ਸਾਡੇ ਕਰੋਨਾ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦਾ ਵੀ ਲੋਸ ਹੋਇਆ, ਸਕੂਲ ਦਾ ਵੀ ਬਹੁਤ ਲੋਸ ਹੋਇਆ, ਪਰ ਪਰਮਾਤਮਾ ਦੀ ਮਿਹਰ ਹੈ, ਹੁਣ ਸਕੂਲ ਖੁੱਲ੍ਹੇ ਨੇ, ਚੱਲ ਰਹੇ ਨੇ, ਤਾਂ ਵਧੀਆ ਢੰਗ ਨਾਲ ਬੱਚਿਆਂ ਦੀ ਸਟੱਡੀ ਦੁਬਾਰਾ ਸ਼ੁਰੂ ਹੋ ਗਈ ਹੈ। ਸਰ, ਜਿਸ ਤਰੀਕੇ ਨਾਲ ਇਸ ਸਕੂਲ ਦੇ ਵਿੱਚ ਕ੍ਰੀਏਟਿਵਿਟੀ ਬੱਚਿਆਂ ਦੀ ਔਰ ਉਹਨਾਂ ਨੂੰ ਵੈਲਿਊ ਬੇਸਡ, ਉਹਨਾਂ ਨੂੰ ਬੋਡੀ ਲੈਂਗੁਏਜ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਸਟਾਰਟਿੰਗ ਤੋਂ ਹੀ, ਮਤਲਬ ਜਿਹੜਾ ਵਾਈਟ ਸੀਮੈਂਟ ਵਾਲੀ ਗੱਲ ਜਿਹੜੀ ਹੁਣ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਇੰਗਲਿਸ਼ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਆ, ਉਹਦੇ ਵਿੱਚ ਵੀ ਪਰਿਪੱਕ ਕੀਤਾ ਜਾਂਦਾ ਬੱਚਿਆਂ ਨੂੰ ਪਹਿਲਾਂ ਸਟਾਰਟਿੰਗ ਤੋਂ ਹੀ? ਸਰ, ਇੱਕ IQF ਨਾਮ ਦੀ ਸੰਸਥਾ ਹੈਗੀ ਜਿਹਨੂੰ ਇੰਡਸ ਕੁਆਲਿਟੀ ਫਾਊਂਡੇਸ਼ਨ ਦੇ ਨਾਂ 'ਤੇ ਦਿੱਲੀ ਤੋਂ ਚੱਲਦੀ ਹੈ, ਜਿਹੜੀ ਕਿ ਡਿਫਰੈਂਟ ਡਿਫਰੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਕਰਕੇ, ਬੱਚਿਆਂ ਦਾ IQ ਲੈਵਲ ਚੈੱਕ ਕਰਕੇ ਉਹਨਾਂ ਨੂੰ ਸਟੱਡੀ ਕਰਵਾਉਂਦੇ ਨੇ। ਮੇਰਾ ਸਕੂਲ IQF ਦੇ ਨਾਲ ਐਫੀਲੇਸ਼ਨ ਹੈ, ਉਹਨਾਂ ਦਾ ਮੈਂਬਰ ਹੈ। ਕਰੋਨਾ ਕਾਲ ਨੂੰ ਛੱਡ ਦਈਏ ਤਾਂ ਉਦੋਂ ਪਹਿਲਾਂ 3 ਸਾਲ ਲਗਾਤਾਰ IQF ਦੀ ਟੀਮ 1-1 ਹਫ਼ਤੇ ਦੀ ਟ੍ਰੇਨਿੰਗ ਲਈ ਦਿੱਲੀ ਤੋਂ ਬਠਿੰਡਾ ਆ ਕੇ ਸਾਡੇ ਕੋਲ ਸਕੂਲ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਟ੍ਰੇਨ ਕਰਦੀ ਹੈ, ਟੀਚਰਾਂ ਨੂੰ ਸਟੱਡੀ ਕਿਵੇਂ ਕਰਨੀ ਉਹ ਕਰਦੀ ਹੈ। ਲੋਕਡਾਊਨ ਦੇ ਵਿੱਚ ਵੀ ਔਨਲਾਈਨ IQF ਦੀਆਂ ਕਲਾਸਾਂ ਬੱਚਿਆਂ ਵਾਸਤੇ ਅਸੀਂ ਸਪੈਸ਼ਲੀ ਅਰੇਂਜ ਕਰਵਾਈਆਂ ਨੇ, ਤਾਂ ਸਕੂਲ ਬੱਚਿਆਂ ਦੀ ਹਰ ਪੱਖ ਦੀ ਬਿਹਤਰੀ ਵਾਸਤੇ ਲਗਾਤਾਰ ਯਤਨ ਕਰ ਰਿਹਾ। ਈਵਨ ਸਾਨੂੰ 1-2 ਟੀਚਰਾਂ ਦੀ ਮੁਸ਼ਕਿਲ ਆ ਰਹੀ ਸੀ, ਜਿਵੇਂ ਕਿ ਸਾਇੰਸ ਦੇ ਵਿੱਚ ਟੀਚਰ, ਮੈਥ ਦੇ ਵਿੱਚ ਟੀਚਰ, ਇੰਗਲਿਸ਼ ਦੇ ਵਿੱਚ ਅੱਛੇ ਟੀਚਰ, ਤਾਂ ਅਸੀਂ ਹੁਣੇ ਹੀ 2 ਦਿਨ ਪਹਿਲਾਂ ਇਸ ਸੈਸ਼ਨ ਵਾਸਤੇ ਉੜੀਸਾ ਤੋਂ 2 ਟੀਚਰ ਸਾਡੇ ਕੋਲ ਜਿਹੜੇ ਇੰਗਲਿਸ਼ ਅਤੇ ਮੈਥ ਦੇ 2 ਟੀਚਰ ਹੈ, ਜਿਨ੍ਹਾਂ ਨੂੰ ਅਸੀਂ ਸਕੂਲ ਦੇ ਵਿੱਚ ਹੀ ਰੈਜੀਡੈਂਸ ਦਿੱਤਾ ਹੈ, ਤਾਂ ਉਹਨਾਂ ਨੇ ਇਹ ਵੀ ਸਾਡੇ ਨਾਲ ਪ੍ਰੋਮਿਸ ਕੀਤਾ ਕਿ ਜਿਹੜੇ ਬੱਚੇ ਸਬਜੈਕਟ ਦੇ ਵਿੱਚ ਵੀਕ ਨੇ ਤਾਂ ਉਹਨਾਂ ਨੂੰ ਅਸੀਂ ਸਕੂਲ ਟਾਈਮ ਤੋਂ ਬਾਅਦ ਵੀ, ਕਿਉਂਕਿ ਅਸੀਂ ਸਕੂਲ 'ਚ ਹੀ ਰਹਿਣਾ, ਸਕੂਲ ਟਾਈਮ ਤੋਂ ਬਾਅਦ 'ਚ ਵੀ ਉਹਨਾਂ ਨੂੰ ਅਸੀਂ ਸਟੱਡੀ ਕਰਵਾਵਾਂਗੇ, ਤਾਂ ਕਿ ਉਹਨਾਂ ਨੂੰ ਬਰਾਬਰ ਲਿਆ ਸਕੀਏ ਦੂਜੇ ਬੱਚਿਆਂ ਦੇ। ਵੀਰ ਜੀ, ਜਿੱਦਾਂ ਆਲਰਾਊਂਡਿੰਗ ਡਿਵੈਲਪਮੈਂਟ ਵਿੱਚ ਤੁਹਾਡਾ ਮਾਇੰਡ ਹੈਗਾ ਔਰ ਜਿੱਦਾਂ ਤੁਸੀਂ ਹੁਣੇ ਦੱਸ ਰਿਹਾ ਸੀਗਾ ਕਿ ਅਸੀਂ 2 ਟੀਚਰ ਪੁਆਇੰਟ ਕੀਤੇ ਹੈਗੇ ਆ ਸਪੋਰਟਸ ਦੇ, ਔਰ ਉਹ ਟੀਚਰ ਜਿਹੜੇ ਹੈਗੇ ਆ ਉਹ 2-2 ਘੰਟੇ ਐਕਸਟਰਾ ਬੱਚਿਆਂ ਨੂੰ, ਜਿਹੜੇ ਬੱਚੇ ਸਪੋਰਟਸ ਇੰਟਰਸਟਡ ਹੈਗੇ ਆ ਉਹਨਾਂ ਦੇ ਲਈ ਤੁਸੀਂ ਇਹ ਵੀ ਵੱਡਾ ਉਪਰਾਲਾ ਜਿਹੜਾ ਸਕੂਲ ਨੇ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੋ?
ਇਕੱਲੇ ਸਪੋਰਟਸ ਦੇ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਮੈਥ ਅਤੇ ਸਾਇੰਸ ਦਾ ਮੈਥ ਅਤੇ ਇੰਗਲਿਸ਼ ਦੇ ਟੀਚਰ ਵੀ ਸਾਡੇ ਅਸੀਂ ਉੜੀਸਾ ਤੋਂ ਬੁਲਾਏ ਨੇ। ਸਪੋਰਟਸ ਦਾ ਸਾਡੇ ਕੋਲ ਜੈਂਟਸ ਟੀਚਰ ਜਿਹੜੇ ਮੇਲ ਟੀਚਰ ਆ ਉਹ ਤਾਂ ਆਲਰੇਡੀ ਸੀਗੇ, ਤਾਂ ਉਹ 2 ਤੋਂ 2.5-3 ਘੰਟੇ ਬੱਚਿਆਂ ਨੂੰ ਜਿਵੇਂ ਰੈਸਲਿੰਗ ਦੇ ਵਿੱਚ ਤਿਆਰੀ ਕਰਵਾਉਂਦੇ ਸੀ, ਬਾਸਕਟਬਾਲ ਦੀ ਤਿਆਰੀ ਕਰਵਾਉਂਦੇ ਸੀ, ਫੁੱਟਬਾਲ ਦੀ ਤਿਆਰੀ ਕਰਵਾਉਂਦੇ ਸੀ, ਵਾਲੀਬਾਲ ਦੀ ਤਿਆਰੀ ਕਰਵਾਉਂਦੇ ਸੀ। ਪਰ ਇੱਕ ਪ੍ਰੋਬਲਮ ਆ ਰਹੀ ਸੀ ਕਿ ਲੜਕੀਆਂ ਵਾਸਤੇ ਕੋਈ ਟੀਚਰ ਸਾਡੇ ਕੋਲ ਫੀਮੇਲ ਟੀਚਰ ਨਹੀਂ ਸੀ, ਤਾਂ ਰੀਸੈਂਟਲੀ ਅਸੀਂ ਲੜਕੀਆਂ ਵਾਸਤੇ ਇੱਕ ਫੀਮੇਲ ਟੀਚਰ ਅਪੁਆਇੰਟ ਕੀਤਾ, ਜਿਹੜੇ ਸਕੂਲ ਟਾਈਮ ਤੋਂ ਬਾਅਦ 2 ਤੋਂ 3 ਘੰਟੇ ਸਕੂਲ ਦੇ ਵਿੱਚ ਰੁਕਦੇ ਨੇ, ਜਿਹੜੀਆਂ ਲੜਕੀਆਂ ਵੀ ਇੰਟਰਸਟਡ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਟ੍ਰੇਨਿੰਗ, ਉਹਨਾਂ ਨੂੰ ਪ੍ਰੋਪਰ ਗੇਮਸ ਦੇ ਬਾਰੇ ਤਿਆਰੀ ਕਰਵਾਉਣੀ ਉਹ ਕਰਵਾਉਂਦੇ ਨੇ। ਈਵਨ ਸਾਡੇ ਬੱਚੇ 2 ਸਾਲ ਪਹਿਲਾਂ ਜਦੋਂ ਕਰੋਨਾ ਕਾਲ ਤੋਂ ਪਹਿਲਾਂ ਰੈਸਲਿੰਗ ਦੇ ਬੱਚੇ ਪੰਜਾਬ ਲੈਵਲ 'ਤੇ ਜਿੱਤ ਕੇ ਵੀ ਆਏ ਨੇ, ਫਸਟ ਪੁਜੀਸ਼ਨ ਦੇ ਵਿੱਚ ਆਏ ਨੇ, ਉਹਦੇ 'ਚ ਸਾਡੇ ਜਿਹੜੇ ਰੈਸਲਿੰਗ ਕੋਚ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਸਰ, ਜਿਸ ਤਰੀਕੇ ਦੇ ਨਾਲ ਪਲੇਵੇ ਤੋਂ ਇਹ ਸਕੂਲ ਜਿਹੜਾ ਹੈਗਾ ਬੱਚਿਆਂ ਨੂੰ, ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਸਕੂਲ ਆਉਣ ਨੂੰ ਦਿਲ ਕਰਦਾ ਹੈਗਾ, ਔਰ ਉਹਨਾਂ ਨੂੰ ਪੜ੍ਹਾਈ ਖੇਲਾਂ ਖੇਲਾਂ ਦੇ ਵਿੱਚ ਪੜ੍ਹਾਇਆ ਜਾਂਦਾ, ਉਹਨਾਂ ਨੂੰ ਇੱਕ ਐਸੀ ਇੰਟਲੈਕਚੁਅਲਿਟੀ ਉਹਨਾਂ ਦੇ ਵਿੱਚ ਪੈਦਾ ਕੀਤੀ ਜਾਂਦੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬੱਚੇ, ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ, ਪਿੰਡਾਂ ਦੇ ਬੱਚੇ ਇੰਟੈਲੀਜੈਂਟ ਬਹੁਤ ਨੇ, ਸਿਰਫ ਉਹਨਾਂ ਨੂੰ ਪ੍ਰੋਪਰ ਸਿਹਤ ਜ਼ਰੂਰੀ ਹੈ। ਸਾਡਾ ਜਿਹੜਾ ਸਕੂਲ ਹੈ ਇਹ ਪ੍ਰੈਕਟੀਕਲ ਬੇਸ ਦੇ ਉੱਤੇ ਹੈ। ਪ੍ਰੈਕਟੀਕਲ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਕਿਵੇਂ ਤੁਸੀਂ ਸਟੱਡੀ ਕਰਵਾਉਣੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ IQF ਜਿਹੜੀ ਹੈ, ਇੰਡਸ ਕੁਆਲਿਟੀ ਫਾਊਂਡੇਸ਼ਨ, ਉਹਦਾ ਵੀ ਮੋਟਿਵ ਇਹੀ ਹੈ ਕਿ ਬੱਚਿਆਂ ਦੇ ਬਰਡਨ ਨਾ ਪਾ ਕੇ ਬੱਚਿਆਂ ਨੂੰ ਐਸੇ ਢੰਗ ਨਾਲ ਸਟੱਡੀ ਕਰਾਈ ਜਾਵੇ ਜਿਹਦੇ ਨਾਲ ਬੱਚੇ ਖੇਡ ਖੇਡ ਦੇ ਵਿੱਚ ਹੀ ਸਾਰਾ ਕੁਝ ਸਿੱਖ ਜਾਂਦੇ ਨੇ। ਜਿਵੇਂ ਮੈਂ ਦੱਸਿਆ ਕਿ ਉਹ ਸਪੈਸ਼ਲ ਟੀਮ ਆ ਕੇ ਟੀਚਰਾਂ ਨੂੰ ਟ੍ਰੇਨ ਕਰਕੇ ਜਾਂਦੀ ਹੈ, ਬੱਚਿਆਂ ਨੂੰ ਟ੍ਰੇਨ ਕਰਦੀ ਹੈ, ਈਵਨ ਉਹਨਾਂ ਦਾ ਇੱਕ ਸੈਸ਼ਨ ਅਸੀਂ ਇੱਕ ਦਿਨ ਦਾ ਸੈਸ਼ਨ ਮਾਪਿਆਂ ਨਾਲ ਵੀ ਕਰਵਾਉਂਦੇ ਹਾਂ। ਉਹਦਾ ਸਾਨੂੰ ਇਹ ਹੁੰਦਾ ਕਿ ਮਾਪਿਆਂ ਨੂੰ ਵੀ ਦੱਸਿਆ ਜਾਵੇ ਵੀ ਬੱਚਿਆਂ ਨੂੰ ਅਸੀਂ ਕਿਸ ਲੈਵਲ 'ਤੇ ਪੜ੍ਹਾਈ ਕਰਾਉਣੀ ਹੈ, ਕਿਸ ਲੈਵਲ 'ਤੇ ਤੁਸੀਂ ਸਾਡੀ ਸਪੋਰਟ ਕਰਨੀ ਹੈ। ਉਹ ਸਾਡੀ IQF ਦੀ ਟੀਮ ਕੰਟੀਨਿਊ, ਈਵਨ ਪਿਛਲੇ 2 ਸਾਲ ਪਹਿਲਾਂ IQF ਦੀ ਇੱਕ ਪੂਰੀ ਟੀਮ, ਲਗਭਗ 20 ਤੋਂ 22 ਬੰਦੇ ਉਹਨਾਂ ਦੀ ਟੀਮ ਲੈ ਕੇ 3 ਦਿਨ ਲਈ ਸਾਡੇ ਇੱਥੇ, ਜਿੰਨੀਆਂ ਸਪੋਰਟਸ ਦੀਆਂ ਗੇਮਸ ਹੁੰਦੀਆਂ ਨੇ ਹਿਲਸ ਦੇ ਵਿੱਚ ਰੱਸੀਆਂ ਦੇ ਉੱਤੇ ਚੱਲਣਾ, ਪਹਾੜੀਆਂ 'ਤੇ ਚੜ੍ਹਨਾ, ਉਹ ਸਾਰੀਆਂ ਗੇਮਸ ਵੀ 3 ਦਿਨ ਵਾਸਤੇ ਅਸੀਂ ਬੱਚਿਆਂ ਨੂੰ ਇੱਥੇ ਅਰੇਂਜ ਕਰਵਾ ਕੇ ਦਿੱਤੀਆਂ ਸੀਗੀਆਂ, ਤਾਂ ਕਿ ਬੱਚਿਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਮਿਲ ਸਕੇ। ਪਿੰਡਾਂ ਦੇ ਵਿੱਚ ਥੋੜ੍ਹੀ ਜਿਹੀ ਸਾਨੂੰ ਇੱਕ ਸਮੱਸਿਆ ਆ ਰਹੀ ਹੈ, ਜਿਵੇਂ ਫੀਸਾਂ ਨੂੰ ਲੈ ਕੇ, ਜਾਂ ਮਤਲਬ ਮੈਂ ਇਹ ਵੀ ਕਹਿ ਸਕਦਾ ਕਿ ਕੁਝ ਟੀਚਰ ਵੀ ਜਿਹੜੇ ਹੈਗੇ ਸਿਟੀ ਦੇ ਪਿੰਡਾਂ 'ਚ ਆਉਣ ਤੋਂ ਥੋੜ੍ਹਾ ਜਿਹਾ ਕਤਰਾਉਂਦੇ ਨੇ। ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਵੇਲੇ ਸਾਡੇ ਕੋਲ 2 ਟੀਚਰ ਉੜੀਸਾ ਤੋਂ ਅਤੇ 2 ਫਰੀਦਕੋਟ ਤੋਂ, 4 ਟੀਚਰ ਇਸ ਵੇਲੇ ਸਾਡੇ ਕੋਲ ਜਿਹੜੇ ਹੈਗੇ ਕੈਂਪਸ ਦੇ ਵਿੱਚ, ਅਸੀਂ ਉਹਨਾਂ ਨੂੰ ਰੈਜੀਡੈਂਸ ਦਿੱਤੇ ਹੈ ਤਾਂ ਉਹ ਸਾਡੇ ਕੋਲ ਰਹਿਣ ਲਈ ਤਿਆਰ ਹੋ ਗਏ ਨੇ, ਤਾਂ ਉਹ ਰਹਿ ਰਹੇ ਨੇ। ਤਾਂ ਮੈਨੂੰ ਉਮੀਦ ਹੈ ਜਿਹੜਾ ਆਹ ਸੈਸ਼ਨ ਹੈ, ਜੇ ਕਰੋਨਾ ਕਾਲ ਤੋਂ ਬਚਤ ਰਹੀ ਤਾਂ ਅਸੀਂ ਬੱਚਿਆਂ ਨੂੰ ਬਹੁਤ ਹੀ ਹਾਈਟ ਦੇ ਉੱਤੇ ਉਹਨਾਂ ਦੀ ਨੌਲੇਜ ਨੂੰ ਲੈ ਕੇ ਜਾਵਾਂਗੇ।